ਹੈਲੋ एवरीवन ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਨੋਟਸ ਸ਼ੇਅਰ ਕਰ ਰਹੀ ਹਾਂ ਜੀ ਸਮਾਜਿਕਕਰਨ ਸੋਸ਼ੀਅਲਾਈਜੇਸ਼ਨ ਦੇ ਬਾਰੇ ਦੇ ਵਿੱਚ ਹੈ ਜੀ ਜੋ ਤੁਹਾਡੇ ਸਲੇਪਸ ਦੇ ਵਿੱਚ ਹੈ ਜੀ ਸੋਸ਼ੀਅਲਾਈਜੇਸ਼ਨ ਸਮਾਜਿਕਕਰਨ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਸ਼ੋਸ਼ੀਅਲ ਵਰਡਸ ਐਂਡ ਚਿਲਡਰਨ ਟੀਚਰ ਪੇਰੈਂਟਸ ਐਂਡ ਪੀਅਰਸ ਸੋ ਅੰਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੀ ਇਹ ਨੋਟਸ ਹੈਗੇ ਆ ਜੀ ਪੀਐਸ ਟੈਟ ਦੇ ਨਾਲ ਸਬੰਧਿਤ ਸੋ ਕੰਪਲੀਟਲੀ ਤੁਹਾਨੂੰ ਜਿਹੜਾ ਸਮਾਜਿਕ ਕਰਨ ਦੇ ਨਾਲ ਸਬੰਧਤ ਤੁਹਾਨੂੰ ਨੋਟਸ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਸੋ ਇਹਦੇ ਵਿੱਚ ਹੀ ਆਪਾਂ ਜਿਹੜੀ ਹੈ ਬ੍ਰਾਊਨਫਿਨ ਬਰੇਨਰ ਦੀ ਜਿਹੜੀ ਥਿਊਰੀ ਹੈ ਇਕੋਲੋਜੀ ਥਿਊਰੀ ਹੈ ਇਕੋਲੋਜੀ ਸਿਸਟਮ ਥਿਊਰੀ ਹੈ ਉਹਨੂੰ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਕਰਾਂਗੇ ਸੋ ਕੰਪਲੀਟ ਹੀ ਨੋਟਸ ਤੁਹਾਨੂੰ ਮਿਲ ਜਾਣਗੇ ਇਸ ਤੋਂ ਪਹਿਲਾਂ ਵੀ ਵੀਡੀਓਜ਼ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਜੀ ਆਪਾਂ ਸੀਡੀਪੀ ਦੇ ਨੋਟਸ ਕਰ ਰਹੇ ਹਾਂ ਸੋ ਜਿੰਨਾ ਸਟੂਡੈਂਟਸ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖ ਲਓ ਜ਼ਰੂਰ ਤੁਹਾਡੇ ਲਈ ਹੈਲਪਫੂ ਰਹਿਣਗੀਆਂ ਵੀਡੀਓਜ਼ ਸੋ ਇਹ ਸੋਸ਼ੀਅਲਾਈਜੇਸ਼ਨ ਹੈ ਜੀ ਆਪਾਂ ਸਟਾਰਟ ਕਰਦੇ ਹਾਂ ਜੀ ਸਮਾਜਿਕਕਰਨ ਕਾਫੀ ਸਟੂਡੈਂਟਸ ਨੇ ਪੜ੍ਹਿਆ ਵੀ ਹੋਊਗਾ ਜੀ ਸਮਾਜਿਕਕਰਨ ਦੇ ਬਾਰੇ ਦੇ ਵਿੱਚ ਕਿਉਂਕਿ ਇਹ ਟੌਪਿਕ ਜਿਹੜੇ ਆ ਇਹ ਤੁਹਾਡੇ ਬੀਏਡ ਦੇ ਸਿਲੇਬਸ ਦੇ ਵਿੱਚੋਂ ਹੀ ਲਏ ਜਾਂਦੇ ਨੇ ਸੋ ਸਟਾਰਟ ਕਰਦੇ ਆਂ ਜੀ ਫਸ ਸਭ ਤੋਂ ਪਹਿਲਾਂ ਬਹੁਤ ਹੀ ਇੰਪੋਰਟੈਂਟ ਹੈ ਜੀ ਇਹਨਾਂ ਦੇ ਵਿੱਚ ਕੁਐਸਚਨ ਕੀ ਇਹ ਵਾਲੇ ਜਿਹੜੇ ਸ਼ਬਦ ਆਪਾਂ ਕਹਿ ਸਕਦੇ ਆਂ ਵੀ ਕਿੰਨੇ ਗਏ ਸੀਗੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਹ ਸ਼ਬਦ ਕਿੰਦੇ ਨੇ ਸੋ ਮੈਨ ਇਜ਼ ਮੈਨ ਇਜ਼ ਅ ਸੋਸ਼ਲ ਬੀਇੰਗ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਹ ਅਰਿਸਟੋਟਲ ਦੁਆਰਾ ਜਿਹੜੇ ਕਹੇ ਗਏ ਸ਼ਬਦ ਸੀਗੇ ਇਹ ਜਿਹੜਾ ਕਨਸੈਪਟ ਸੀਗਾ ਇਹ ਗ੍ਰੀਕ ਜਿਹੜੇ ਫਲਸਫਰ ਹੋਏ ਨੇ ਅਰਿਸਟੋਟਲ ਉਹਨਾਂ ਦੇ ਦੁਆਰਾ ਦਿੱਤਾ ਗਿਆ ਸੀ ਸਮਾਜੀਕਰਨ ਦਾ ਕਨਸੈਪਟ ਗ੍ਰੀਕ ਫਲਸਫਰ ਅਰਿਸਟੋਟਲ ਮੈਨ ਇਜ਼ ਅ ਸੋਸ਼ਲ ਬੀਇੰਗ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਨੈਕਸਟ ਹੈ ਜਿੰਦੇ ਚ ਇੰਪੋਰਟੈਂਟ ਨੇ ਜੋ ਸਮਾਜਿਕरण ਕਲਚਰ ਅਅਰ ਆਇਡੈਂਟੀ ਦੇ ਨਾਲ ਸੰਬੰਧਿਤ ਹੈ ਸਮਾਜਿਕ ਤੌਰ ਤਰੀਕੇ ਸਿੱਖਣਾ ਸਮਾਜਿਕरण ਦੇ ਨਾਲ ਸੰਬੰਧਿਤ ਹੈ ਜੋ ਸਮਾਜਿਕਰਨ ਹੈ ਜੀ ਉਹ ਕਲਚਰ ਆਇਡੈਂਟੀ ਦੇ ਨਾਲ ਸੰਬੰਧਿਤ ਹੈ ਸਮਾਜਿਕ ਤੌਰ ਤਰੀਕੇ ਸਿੱਖਣ ਦੇ ਨਾਲ ਸੰਬੰਧਿਤ ਹੈ ਸਮਾਜਿਕਰਨ ਜੋ ਸਮਾਜਿਕਰਨ ਦੀ ਪ੍ਰਕਿਰਿਆ ਨੂੰ ਅਸੀਂ ਜਿਹੜੀ ਸੋਸ਼ਲ ਨਾਰਮਸ ਕਹਿ ਸਕਦੇ ਆ ਇਹਨੂੰ ਸੋਸ਼ਲ ਨਾਰਮਸ ਵੀ ਆਪਾਂ ਕਹਿੰਦੇ ਆ ਜਿੰਦੇ ਵਿੱਚ ਸੋਸ਼ਲ ਨਾਰਮਸ ਦੇ ਵਿੱਚ ਰੀਤੀ ਰਿਵਾਜ ਹੋ ਗਏ ਆਪਣੀਆਂ ਕਦਰਾਂ ਕੀਮਤਾਂ ਹੋ ਗਈਆਂ ਕਾਨੂੰਨ ਹੋ ਗਏ ਪਰੰਪਰਾਵਾਂ ਹੋ ਗਈਆਂ ਇਹ ਸਾਰਾ ਕੁਝ ਸ਼ਾਮਲ ਹੁੰਦਾ ਹੈ ਤੇ ਇੱਕ ਬੱਚਾ ਇਹਨੂੰ ਜਿਹੜਾ ਅਡਾਪਟ ਕਰਦਾ ਹੈ ਠੀਕ ਹੈ ਇੱਕ ਬੱਚਾ ਇਹਨੂੰ ਸਭ ਨੂੰ ਚੀਜ਼ਾਂ ਨੂੰ ਅਪਣਾਉਂਦਾ ਇਹਨਾਂ ਸਭ ਚੀਜ਼ਾਂ ਨੂੰ ਸਿੱਖਦਾ ਹੈ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਸਮਾਜੀਕਰਨ ਸੋ ਸਮਾਜਿਕ ਕਰਨ ਦੀ ਜੋ ਪ੍ਰਕਿਰਿਆ ਹੈ ਜੀ ਉਹ ਮੁਨੁੱਖੀ ਅੰਤਰ ਕਿਰਿਆ ਹੈ ਹਿਊਮਨ ਇੰਟਰੈਕਸ਼ਨ ਦੇ ਨਾਲ ਇਹ ਜਿਹੜੀ ਪ੍ਰਕਿਰਿਆ ਹੈ ਇਹ ਵਰਤਦੀ ਹੈ ਸੋ ਐਗਜ਼ਾਮਪਲ ਹੈ ਜੀ ਭਾਰਤ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਨ ਇਹ ਲੋਕ ਜਦੋਂ ਆਪਸ ਵਿੱਚ ਮਿਲਦੇ ਹਨ ਤਾਂ ਅੰਤਰ ਕਿਰਿਆ ਕਰਦੇ ਹਨ ਮਤਲਬ ਗੱਲਬਾਤ ਕਰਦੇ ਹਨ ਤਾਂ ਇਸ ਨਾਲ ਇੱਕ ਵਿਅਕਤੀ ਨੂੰ ਆਪਣੀ ਪਛਾਣ ਹੁੰਦੀ ਹੈ ਸੋ ਭਾਰਤ ਹੈ ਜ਼ੋਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਾਂ ਆਪਸ ਦੇ ਵਿੱਚ ਜਦੋਂ ਜਦੋਂ ਲੋਕ ਆਪਸ ਦੇ ਵਿੱਚ ਮਿਲਦੇ ਜੁਲਦੇ ਨੇ ਤਾਂ ਇਹਨਾਂ ਦੇ ਨਾਲ ਕੀ ਹੁੰਦੀ ਇਹਦੇ ਨਾਲ ਅੰਤਰਕਿਰਿਆ ਹੁੰਦੀ ਹੈ ਤਾਂ ਹਰ ਇੱਕ ਜਦੋਂ ਅੰਤਰਕਿਰਿਆ ਹੁੰਦੀ ਹੈ ਤਾਂ ਫਿਰ ਹਰ ਇੱਕ ਵਿਅਕਤੀ ਨੂੰ ਆਪਣੀ ਜਿਹੜੀ ਹੈ ਜਿਹੜੀ ਸਮਾਜਿਕ ਜਿਹੜੀ ਪਛਾਣ ਹੈ ਉਹ ਨੂੰ ਪਤਾ ਲੱਗਦੀ ਹੈ ਹੈਨਾ ਆਪਣੀ ਪਛਾਣ ਪਤਾ ਲੱਗਦੀ ਹੈ ਸੋ ਹਰ ਇੱਕ ਦੀ ਅਲੱਗ-ਅਲੱਗ ਆਪਦੀ ਜਿਹੜੀ ਪਛਾਣ ਹੁੰਦੀ ਹੈ ਆਪ ਜਿਸੋ ਸਮਾਜ ਦੇ ਵਿੱਚ ਰਹਿ ਰਿਹਾ ਜਿਹੋ ਜਿਹਾ ਉੱਥੇ ਸੱਭਿਆਚਾਰ ਹੈ ਰੀਤੀ ਰਿਵਾਜ ਹੈ ਕਾਨੂੰਨ ਹੈ ਉਹ ਸਭ ਕੁਝ ਹੀ ਜਿਹੜਾ ਹੈ ਵਿਅਕਤੀ ਨੂੰ ਪ੍ਰਭਾਵਿਤ ਕਰਦੇ ਨੇ ਸੋ ਇਹ ਜਿੰਨਾ ਵੀ ਹੈ ਇਹ ਸਭ ਇੰਪੋਰਟੈਂਟ ਚੀਜ਼ਾਂ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਗ੍ਰੀਕ ਫਿਲਾਸਫਰ ਸੀ ਅਰਿਸਟੋਟਲ ਦੇ ਦੁਆਰਾ ਦਿੱਤਾ ਗਿਆ ਸੀ ਮਨੋਕੈਕਸਮਿਕ ਪ੍ਰਾਣੀ ਹੈ ਉਸਤੇ ਦੁਆਰਾ ਕਿਹਾ ਗਿਆ ਸੀਗਾ ਸਮਾਜਿਕਰਨ ਹੈ ਉਹ ਕਲਚਰ ਆਇਡੈਂਟੀ ਦੇ ਨਾਲ ਸੰਬੰਧਿਤ ਹੈ ਠੀਕ ਹੈ ਸਮਾਜਿਕ ਤੌਰ ਤਰੀਕੇ ਸਿੱਖਣਾ ਜਿਹੜਾ ਹੈ ਉਹ ਸਮਾਜਿਕਰਨ ਦੇ ਨਾਲ ਸੰਬੰਧਿਤ ਹੈ ਤੇ ਸਮਾਜਿਕਰਨ ਦੀ ਪ੍ਰਕਿਰਿਆ ਨੂੰ ਅਸੀਂ ਸੋਸ਼ਲ ਨਾਰਮਸ ਕਹਿ ਸਕਦੇ ਹਾਂ ਜਿੰਦੇ ਵਿੱਚ ਰੀਤੀ ਰਿਵਾਜ ਕਦਰਾਂ ਕੀਮਤਾਂ ਕਾਨੂੰਨ ਵਗੈਰਾ ਸ਼ਾਮਿਲ ਹੁੰਦੇ ਨੇ ਸਮਾਜਿਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਹਿਊਮਨ ਇੰਟਰਐਕਸ਼ਨ ਦੇ ਨਾਲ ਵਾਪਰਦੀ ਹੈ ਨੈਕਸਟ ਹੈ ਜੀ ਇੰਪੋਰਟੈਂਟ ਸਭ ਤੋਂ ਜ਼ਿਆਦਾ ਜਿਹੜਾ ਸਮਾਜਿਕ ਕਰਨ ਦੀ ਜੇਕਰ ਆਪ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਸਮਾਜਿਕ ਕਰਨ ਉਹ ਕਿੱਥੇ ਹੁੰਦਾ ਉਹ 2 ਤੋਂ 6 ਸਾਲ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਹੁੰਦਾ ਜੀ ਸਮਾਜਿਕ ਕਰਨ ਸਭ ਤੋਂ ਜ਼ਿਆਦਾ ਜਿਹੜਾ ਸਮਾਜਿਕ ਕਰਨ ਹੈਗੀ 2 ਤੋਂ 6 ਸਾਲ ਵਿੱਚ ਹੁੰਦਾ ਏ ਠੀਕ ਹੈ अर्ਲੀ ਚਾਈਲਡਹੂਡ ਏਜ ਦੇ ਵਿੱਚ ਹੁੰਦਾ 2 ਤੋਂ ਜੋ 6 ਸਾਲ ਦੀ ਜੋ ਉਮਰ ਹੈ ਜੀ ਉਹ अर्ली ਚਾਈਲਡਹੂਡ 에ਜ ਦੇ ਨਾਲ ਜਿਹੜੀ ਸੰਬੰਧਿਤ ਹੈ ਸਭ ਤੋਂ ਜ਼ਿਆਦਾ ਜਿਹੜਾ ਸਮਾਜੀਕਰਨ ਹੈ 2 ਤੋਂ 6 ਸਾਲ ਵਿੱਚ ਹੁੰਦਾ ਹੈ ਜਿਸ ਨੂੰ ਕਿ अर्ली ਚਾਈਲਡਹੂਡ 에ਜ ਕਿਹਾ ਜਾਂਦਾ ਹੈ ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਸਭ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਸਮਾਜੀਕਰਨ ਹੈ ਉਹ ਕਿਹੜੇ 에ਜ ਦੇ ਵਿੱਚ ਹੁੰਦਾ ਹੈ ਤਾਂ ਕਹਿ ਸਕਦੇ ਹਾਂ ਕਿ 2 ਤੋਂ ਲੈ ਕੇ 6 ਸਾਲ ਦੀ ਉਮਰ ਦੇ ਵਿੱਚ ਜਿਹੜਾ ਸਮਾਜੀਕਰਨ ਹੁੰਦਾ ਜਦੋਂ ਕਿ अर्ली ਚਾਈਲਡਹੂਡ 에ਜ ਹੁੰਦੀ ਹੈ ਨੈਕਸਟ ਹੈ ਜੀ ਸਮਾਜਿਕ ਕਰਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਠੀਕ ਹੈ ਸਮਾਜਿਕ ਕਰਨ ਦੇ ਵਿੱਚ ਜਿਹੜੀ ਹਮੇਸ਼ਾ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਨੈਕਸਟ ਆ ਗਿਆ ਜੀ ਇਹ ਟਾਈਪਸ ਕੀ ਨੇਂਦੀਆਂ ਟਾਈਪਸ ਆਫ ਸੋਸ਼ੀਅਲਾਈਜੇਸ਼ਨ ਸਮਾਜਿਕ ਕਰਨ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਫਰਸਟ ਹੈ ਜੀ ਪ੍ਰਾਇਮਰੀ ਹੈ ਪ੍ਰਾਇਮਰੀ ਦੇ ਵਿੱਚ ਆ ਗਿਆ ਜੀ ਹੋਮ ਫੈਮਿਲੀ ਪ੍ਰਾਇਮਰੀ ਦੇ ਵਿੱਚ ਜੇਕਰ ਆਪ ਗੱਲ ਕਰੀਏ ਤਾਂ ਘਰ ਪਰਿਵਾਰ ਜਿਹੜੇ ਸ਼ਾਮਲ ਨੇ ਸੈਟ ਆਫ ਲਰਨਿੰਗ ਫॉर ਸੋਸ਼ਲ ਸਕਿਲਸ ਠੀਕ ਹੈ ਇਹਦੇ ਵਿੱਚ ਜਿਹੜੀਆਂ ਸੋਸ਼ਲ ਜਿਹੜੀਆਂ ਸਕਿਲਸ ਐ ਉਹ ਸਿੱਖੇ ਜਾਂਦੇ ਨੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਫੈਮਿਲੀ ਤੋਂ ਠੀਕ ਹੈ ਪਰਿਵਾਰ ਤੋਂ ਬੱਚੇ ਦਾ ਜਿਹੜਾ ਪ੍ਰਾਇਮਰੀ ਜਿਹੜਾ ਸਮਾਜਿਕਕਰਨ ਹੁੰਦਾ ਹੈ ਪਰਿਵਾਰ ਤੋਂ ਹੀ ਬੱਚੇ ਦਾ ਪ੍ਰਾਇਮਰੀ ਸਮਾਜਿਕਕਰਨ ਹੁੰਦਾ ਹੈ ਬੱਚੇ ਦਾ ਮੂਲ ਵਿਕਾਸ ਪਰਿਵਾਰ ਤੋਂ ਹੀ ਹੁੰਦਾ ਹੈ ਬੱਚੇ ਅੰਦਰ ਗਲਤ ਅਤੇ ਸਹੀ ਦੀ ਬਿਲਕੁਲ ਵੀ ਸਮਝ ਨਹੀਂ ਹੁੰਦੀ ਬੱਚਾ ਸਿੱਧੇ ਜਾਂ ਅਸਿੱਧੇ ਤੌਰ ਤੇ ਅਰਬੀਆਂ ਨਾਲ ਹੀ ਗਲਤ ਅਤੇ ਸਹੀ ਦੀ ਸ਼ਖ ਸਿੱਖਦਾ ਰਹਿੰਦਾ ਹੈ ਸੋ ਬੱਚੇ ਦਾ ਜੇਕਰ ਮੁੱਢਲੇ ਵਿਕਾਸ ਦੀ ਗੱਲ ਕਰੀਏ ਤਾਂ ਉਹ ਪਰਿਵਾਰ ਤੋਂ ਹੀ ਹੁੰਦਾ ਹੈ ਮੁੱਢਲਾ ਵਿਕਾਸ ਬੱਚੇ ਦਾ ਬੱਚੇ ਅੰਦਰ ਕੀ ਸਹੀ ਹੈ ਕੀ ਗਲਤ ਹੈ ਇਹਦੀ ਜਿਹੜੀ ਹੈ ਬੱਚੇ ਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਇਹਦੇ ਬਾਰੇ ਉਸ ਨੂੰ ਪਤਾ ਜਿਹੜਾ ਪਰਿਵਾਰ ਤੋਂ ਹੀ ਲੱਗਦਾ ਹੈ ਜੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬੱਚਾ ਜਿਹੜੀਆਂ ਪਰਿਵਾਰ ਤੋਂ ਸਿੱਖਦਾ ਹੈ ਕੀ ਸਹੀ ਹੈ ਕੀ ਗਲਤ ਹੈ ਪ੍ਰਾਇਮਰੀ ਠੀਕ ਹੈ ਨੈਕਸਟ ਆ ਗਿਆ ਦੀ ਸਕੈਂਡਰੀ ਸਕੂਲਰੀ ਦੇ ਵਿੱਚ ਸ਼ਾਮਲ ਹੈ ਜੀ ਘਰ ਪਰਿਵਾਰ ਤੋਂ ਬਾਅਦ ਜਿਹੜਾ ਆ ਜਾਂਦੀ ਹੈ ਜਿਹੜੀ ਚੀਜ਼ ਉਹਦੇ ਵਿੱਚ ਆ ਜਾਂਦਾ ਜੀ ਸਾਡਾ ਆਲਾ ਦੁਆਲਾ ਗੁਆਂਢੀ ਯਾਦ ਠੀਕ ਹੈ ਇਹ ਸਾਰੇ ਕੋ ਜਿਹੜੇ ਹੈ ਸਕੂਲਰੀ ਦੇ ਵਿੱਚ ਸ਼ਾਮਲ ਹਨ ਅਧਿਆਪਕ ਦੋਸਤ ਅਤੇ ਸਕੂਲ ਇਸ ਦੇ ਵਿੱਚ ਸ਼ਾਮਲ ਨੇ ਠੀਕ ਹੈ ਸਕੂਲ ਦੇ ਵਿੱਚ ਬੱਚਾ ਐਂਟਰ ਕਰਦਾ ਹੈ ਪਰਿਵਾਰ ਘਰ ਤੋਂ ਬਾਹਰ ਜਦੋਂ ਨਿਕਲਦਾ ਹੈ ਉਹ ਹਨ ਸਕੂਲ ਦੇ ਵਿੱਚ ਜਾਂਦਾ ਸਕੂਲ ਦੇ ਵਿੱਚ ਉਹਨੂੰ ਅਧਿਆਪਕ ਮਿਲਦੇ ਨੇ ਦੋਸਤ ਉਹਦੇ ਬਣਦੇ ਨੇ ਠੀਕ ਹੈ ਗਵਾਂਡੀਆਂ ਦੇ ਨਾਲ ਵੀ ਹੁੰਦੀ ਜਿਹੜੀ ਮੁਲਾਕਾਤ ਹੁੰਦੀ ਹੈ ਜਦੋਂ ਪਰਿਵਾਰ ਦੇ ਤੋਂ ਬਾਹਰ ਨਿਕਲਦਾ ਹੈ ਤਾਂ ਇਹ ਜਿਹੜੀ ਹੈ ਸਕੈਂਡਰੀ ਦੇ ਵਿੱਚ ਇਹ ਸਾਰੀਆਂ ਜੀਜਾ ਸ਼ਾਮਲ ਹੁੰਦੀਆਂ ਨੇ ਪ੍ਰਾਇਮਰੀ ਦੇ ਵਿੱਚ ਘਰ ਤੇ ਪਰਿਵਾਰ ਸਕੈਂਡਰੀ ਦੇ ਵਿੱਚ ਜੋ ਘਰ ਤੇ ਪਰਿਵਾਰ ਤੋਂ ਬਾਹਰ ਦੀਆਂ ਜੋ ਚੀਜ਼ਾਂ ਨੇ ਆਲਾ ਦਵਾਲਾ ਗਵਾਂਡੀ ਅਧਿਆਪਕ ਦੋਸਤ ਸਾਰਿਆ ਕੁਝ ਨੈਕਸਟ ਆ ਗਿਆ ਜੀ 3 ਨੰਬਰ ਤੇ ਆ ਜੀ ਐਂਟੀਸੈਪੇਟਰੀ ਸੋਸ਼ੀਅਲਾਈਜੇਸ਼ਨ ਠੀਕ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ ਜਦੋਂ ਬੱਚਾ ਕੋਈ ਵੀ ਕੰਮ ਕਰਨ ਲਈ ਪਹਿਲ ਕਦਮੀ ਕਰਦਾ ਹੈ ਤਾਂ ਉਸ ਕਿਸਮ ਨੂੰ ਐਂਟੀ ਸਪੀਟਰੀ ਸੋਸ਼ਲਾਈਜੇਸ਼ਨ ਕਿਹਾ ਜਾਂਦਾ ਹੈ ਜਦੋਂ ਬੱਚਾ ਖੁਦ ਜਿਹੜਾ ਕਿਸੇ ਕੰਮ ਨੂੰ ਕਰਨ ਦੇ ਲਈ ਜਿਹੜੀ ਕੋਸ਼ਿਸ਼ ਹੈ ਉਹ ਕਰਦਾ ਹੈ ਜਦੋਂ ਬੱਚਾ ਕੋਈ ਵੀ ਕੰਮ ਕਰਨ ਲਈ ਜਿਹੜਾ ਪਹਿਲ ਕਦਮੀ ਕਰਦਾ ਹੈ ਤਾਂ ਉਸ ਕਿਸਮ ਨੂੰ ਜਿਹੜਾ ਐਂਟੀ ਸਪੀਟਰੀ ਸੋਸ਼ਲਾਈਜੇਸ਼ਨ ਕਿਹਾ ਜਾਂਦਾ ਹੈ ਸੋ ਇਸ ਸੀ ਨੂੰ ਵੀ ਜ਼ਰੂਰ ਯਾਦ ਰੱਖੋ ਕਿ ਬੱਚਾ ਖੁਦ ਜਿਹੜੀ ਪਹਿਲ ਕਦਮੀ ਕਰਦਾ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਨੈਕਸਟ ਆ ਗਿਆ ਜੀ ਡਿਵੈਲਪਮੈਂਟਲ ਸੋਸ਼ੀਅਲਾਈਜੇਸ਼ਨ ਜਦੋਂ ਬੱਚਾ ਕੋਈ ਵੀ ਨਵਾਂ ਸਕਿੱਲ ਸਿੱਖਦਾ ਹੈ ਤਾਂ ਉਸ ਨੂੰ ਵਿਕਾਸ ਜਿਹੜਾ ਸਮਾਜਿਕरण ਕਿਹਾ ਜਾਂਦਾ ਜਦੋਂ ਵੀ ਕੋਈ ਨਵਾਂ ਵਿਕਾਸ ਬੱਚਾ ਸਿੱਖਦਾ ਹੈ ਤਾਂ ਉਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਜੀ ਆ ਉਸ ਨੂੰ ਆਪਾਂ ਕਹਿ ਸਕਦੇ ਹਾਂ ਡਿਵੈਲਪਮੈਂਟ ਸੋਸ਼ੀਅਲਾਈਜੇਸ਼ਨ ਸਮਾਜਿਕरण ਜਿਹੜਾ ਵਿਕਾਸ ਕਿਹਾ ਜਾਂਦਾ ਉਸ ਚੀਜ਼ ਨੂੰ ਨੈਕਸਟ ਹੈ ਜੀ ਰੀ ਸੋਸ਼ੀਅਲਾਈਜੇਸ਼ਨ ਰੀ ਸੋਸ਼ੀਅਲਾਈਜੇਸ਼ਨ ਕੀ ਹੈ ਜੀ ਜਦੋਂ ਬੱਚਾ ਕੋਈ ਪੁਰਾਣੀਆਂ ਚੀਜ਼ਾਂ ਦੇ ਨਾਲ ਨਵੀਆਂ ਚੀਜ਼ਾਂ ਸਿੱਖਦਾ ਹੈ ਤਾਂ ਉਸ ਨੂੰ ਰੀ ਸੋਸ਼ੀਅਲਾਈਜੇਸ਼ਨ ਕਿਹਾ ਜਾਂਦਾ ਹੈ ਜਦੋਂ ਜਿਹੜਾ ਬੱਚਾ ਹੈ ਉਹ ਜਿਹੜੀਆਂ ਪੁਰਾਣੀਆਂ ਚੀਜ਼ ਜਿਹੜਾ ਗਿਆਨ ਹੁੰਦਾ ਹੈ ਜਾਂ ਪੁਰਾਣੀਆਂ ਚੀਜ਼ਾਂ ਦੇ ਨਾਲ ਉਹ ਜਿਹੜੀਆਂ ਨਵੀਆਂ ਚੀਜ਼ਾਂ ਸਿੱਖਦਾ ਨਵਾਂ ਗਿਆਨ ਉਹ ਲੈਂਦਾ ਹੈ ਠੀਕ ਹੈ ਪੁਰਾਣੀਆਂ ਚੀਜ਼ਾਂ ਦੇ ਨਾਲ ਨਵਾਂ ਜਿਹੜੀਆਂ ਚੀਜ਼ਾਂ ਉਹ ਸਿੱਖਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਰੀ ਸੋਸ਼ੀਅਲਾਈਜੇਸ਼ਨ ਉਸ चीज ਨੂੰ ਕਿਹਾ ਜਾਂਦਾ ਹੈ ਜਦੋਂ ਬੱਚਾ ਕੋਈ ਪੁਰਾਣੀਆਂ ਚੀਜ਼ਾਂ ਦੇ ਨਾਲ ਨਵੀਆਂ ਚੀਜ਼ਾਂ ਸਿੱਖਦਾ ਹੈ ਤਾਂ ਉਸ ਜੀ ਨੂੰ ਆਪਾਂ ਕਹਿੰਦੇ ਆਂ ਜੀ ਰੀ ਸੋਸ਼ੀਅਲਾਈਜੇਸ਼ਨ ਇਹ ਸਾਰੀਆਂ ਜਿਹੜੀਆਂ ਇੰਪੋਰਟੈਂਟ ਹੀ ਆ ਜੀ ਚੀਜ਼ਾਂ ਸਭ ਦੇ ਬਾਰੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਗੋਂ ਆ ਗਿਆ ਜੀ ਸੋਸ਼ੀਅਲਾਈਜੇਸ਼ਨ ਏਜੰਸੀਜ਼ ਕਿਹੜੀਆਂ-ਕਿਹੜੀਆਂ ਨੇ ਪਰਿਵਾਰ ਹੈ ਸਕੂਲ ਹੈ ਪ੍ਰੈਸ ਹੈ ਐਂਡ ਗਵੰਡਰ ਸੋ ਇਨਨਾ ਤੇ ਬਾਰੇ ਦੇ ਵਿੱਚ ਤਾਂ ਜਿਹੜਾ ਪਤਾ ਹੀ ਹੈ ਸਭ ਤੋਂ ਪਹਿਲਾਂ ਪਰਿਵਾਰ ਹੀ ਬੱਚੇ ਦਾ ਪਹਿਲਾ ਸਕੂਲ ਹੁੰਦਾ ਪਰਿਵਾਰ ਤੋਂ ਬਾਅਦ ਉਹ ਨਿਕਲਦਾ ਤੇ ਸਕੂਲ ਦੇ ਵਿੱਚ ਬੱਚਾ ਐਂਟਰ ਕਰਦਾ ਹੈ ਤੇ ਮਾਸ ਮੀਡੀਆ ਦੇ ਨਾਲ ਵੀੰਦਾ ਸੰਪਰਕ ਹੁੰਦਾ ਤੇ ਆਂਡ ਗਵਾਨ ਦੇ ਨਾਲ ਵੀ ਠੀਕ ਹੈ ਪ੍ਰਵਾਸ ਸਕੂਲ ਪ੍ਰੈਸ ਤੇ ਆਂਡ ਗਵਾਨ ਸੋ ਸਮਾਜਿਕ ਕਰਨ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਦੋ ਪ੍ਰਕਾਰ ਦੀਆਂ ਏਜੰਸੀਆਂ ਹੁੰਦੀਆਂ ਨੇ ਸਮਾਜਿਕ ਕਰਨ ਦੇ ਵਿੱਚ ਇੱਕ ਤਾਂ ਹੋ ਗਈਆਂ ਜੀ ਐਕਟਿਵ ਏਜੰਸੀਜ਼ ਇੱਕ ਹੋ ਗਈਆਂ ਜੀ ਪੈਸਿਵ ਏਜੰਸੀਜ਼ ਐਕਟਿਵ ਏਜੰਸੀਜ਼ ਦੇ ਵਿੱਚ ਜਿਹੜੀਆਂ ਸ਼ਾਮਲ ਹੋ ਗਈਆਂ ਜੀ ਜਿਹੜੀਆਂ ਜਿਨ੍ਹਾਂ ਦਾ ਜਿਹੜਾ ਡਾਇਰੈਕਟ ਇਫੈਕਟ ਪੈਂਦਾ ਡਾਇਰੈਕਟ ਇਫੈਕਟ ਪੈਂਦਾ ਜਿਨ੍ਹਾਂ ਦਾ ਐਕਟਿਵ ਏਜੰਸੀਆਂ ਦਾ ਉਹਨ ਦੇ ਵਿੱਚ ਸ਼ਾਮਲ ਹੈ ਜੀ ਸਕੂਲ ਪੀਅਰਸ ਫੈਮਲੀ ਠੀਕ ਹੈ ਸਕੂਲ ਪੀਅਰਸ ਫੈਮਲੀ ਸ਼ਾਮਲ ਹੈ ਪੈਸਿਵ ਏਜੰਸੀਜ਼ ਹੋ ਗਈਆਂ ਜਿਹੜੀਆਂ ਜਿਨ੍ਹਾਂ ਤੇ ਜਿਹੜਾ ਪਰਤਕ ਆ ਪਰਤਕ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਇਨਡਾਇਰੈਕਟ ਇਫੈਕਟ ਪੈਂਦਾ ਜੀ ਪਬਲਿਕ ਪਬਲਿਕ ਲਾਇਬ੍ਰੇਰੀ ਮਾਸ ਮੀਡੀਆ ਤੇ ਬੁక్స్ ਪਬਲਿਕ ਲਾਇਬ੍ਰੇਰੀ ਮਾਸ ਮੀਡੀਆ ਤੇ ਬੁక్స్ ਇਹਨ ਦੇ ਵਿੱਚ ਸ਼ਾਮਲ ਨੇ ਪੈਸਿਵ ਏਜੰਸੀਜ਼ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦਾ ਪਰਤੱਖ ਪ੍ਰਭਾਵ ਪੈਂਦਾ ਇਨਡਾਇਰੈਕਟ ਵੇ ਦੇ ਨਾਲ ਇਹ ਇਫੈਕਟ ਪੈਂਦਾ ਜਿਉ ਹੋ ਹੈਗੀ ਹੈ ਜੀ ਪਬਲਿਕ ਲਾਇਬ੍ਰੇਰੀ ਮਾਸ ਮੀਡੀਆ ਤੇ ਬੁਕਸ ਤੇ ਐਕਟਿਵ ਏਜੰਸੀਸ ਦੇ ਵਿੱਚ ਆ ਗਈਆਂ ਸਕੂਲ ਪੀਅਰਸ ਤੇ ਫੈਮਿਲੀ ਜਿਨ੍ਹਾਂ ਦਾ ਸਿੱਧਾ ਇਫੈਕਟ ਪੈਂਦਾ ਡਾਇਰੈਕਟ ਇਫੈਕਟ ਪੈਂਦਾ ਇਨਡਾਇਰੈਕਟ ਦੇ ਵਿੱਚ ਪਬਲਿਕ ਲਾਇਬ੍ਰੇਰੀ ਮਾਸ ਮੀਡੀਆ ਤੇ ਬੁਕਸ ਸ਼ਾਮਲ ਨੇ ਨੈਕਸਟ ਆ ਗਿਆ ਜੀ ਫੈਕਟਰ ਹੈ ਫੈਕਟਿੰਗ ਸੋਸ਼ੀਅਲਾਈਜੇਸ਼ਨ ਕਿਹੜੀਆਂ-ਕਿਹੜੀਆਂ ਚੀਜ਼ਾਂ ਸਮਾਜਿਕ ਕਰਨ ਤੇ ਜਿਹੜਾ ਇਫੈਕਟ ਆ ਉਹ ਪਉਂਦੀਆਂ ਨੇ ਫਸਟ ਹੈ ਜੀ ਜੈਂਡਰ ਲਿੰਗ ਪ੍ਰਵਾਹ ਪਉਂਦਾ ਹੈ ਮੇਲ ਫੀਮੇਲ ਬਾਰੇ ਮਤਲਬ ਬੱਚਾ ਆਪਣੇ ਲਿੰਗ ਬਾਰੇ ਜਾਣ ਪਉਂਦਾ ਹੈ ਜੈਂਡਰ ਕੌਣ ਕਨਸਟੈਂਸੀ ਹੋਂਦੇ ਵਿੱਚ ਆ ਜਾਂਦੀ ਹੈ ਇਹ ਜਿਹੜੀ ਏਜ ਹੁੰਦੀ ਹੈ 2 ਤੋਂ 7 ਸਾਲ ਦੇ ਨਾਲ ਸੰਬੰਧਿਤ ਹੈ ਪਹਿਲੇ ਕਹਿ ਦਿੱਤਾ ਗਿਆ ਕਿ ਸਮਾਜਿਕਰਣ ਇਹ ਅਰਲੀ ਚਾਈਲਡਹੂਡ ਸਟੇਜ ਦੇ ਨਾਲ ਸੰਬੰਧਿਤ ਹੈ ਜੀ ਸਮਾਜਿਕਰਣ ਅਰਲੀ ਚਾਈਲਡਹੂਡ ਸਟੇਜ ਦੇ ਨਾਲ ਸੰਬੰਧਿਤ ਹੈ 2 ਤੋਂ 7 ਸਾਲ ਦੀ ਜਦੋਂ ਉਮਰ ਹੁੰਦੀ ਹੈ ਤੇ ਉਸ ਟਾਈਮ ਦੇ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਨੇ ਆਪਣਾ ਪਹਿਰਾਵਾ ਕਿਸ ਤਰ੍ਹਾਂ ਦਾ ਰੱਖਣਾ ਹੈ ਮਤਲਬ ਲੜਕੀਆਂ ਨੂੰ ਪਤਾ ਹੁੰਦਾ ਕਿ ਉਸਨੇ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਆ ਤੇ ਲੜਕਿਆਂ ਨੂੰ ਵੀ ਪਤਾ ਹੁੰਦਾ ਕਿ ਉਸਨੇ ਹੁਣ ਕਿਸ ਤਰ੍ਹਾਂ ਦੇ ਜਿਹੜੇ ਕੱਪੜੇ ਆ ਪਾਉਣੇ ਆ ਕਿਉਂਕਿ ਹੁਣ ਉਹ ਆਪ ਦੇ ਬਾਰੇ ਜਾਣ ਚੁੱਕੇ ਹਨ ਕਿ ਉਹ ਉਹ ਨਾਲੇ ਜਿਹੜਾ ਕਿਵੇਂ ਜਿਹੜਾ ਸਮਾਜ ਦੇ ਵਿੱਚ ਜਿਹੜਾ ਵਿਚਰਨਾਏ ਠੀਕ ਹੈ ਉਹ ਬੁਆਏ ਆ ਜਾਂ ਉਹ ਗਰਲ ਆ ਸੋ ਉਹਦੇ ਬਾਰੇ ਉਹਨੂੰ ਜਿਹੜੀ ਪੂਰੀ ਜਿਹੜੀ ਪਛਾਣ ਹੈ ਉਹ ਹੋ ਜਾਂਦੀ ਹੈ ਸੋ ਇਸੇ ਦਾ ਵੀ ਜਿਹੜਾ ਸਮਾਜਿਕ ਕਰਨ ਤੇ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ ਨੈਕਸਟ ਜਿਹੜਾ ਸੱਭਿਆਚਾਰ ਦਾ ਪ੍ਰਭਾਵ ਪੈਂਦਾ ਜੀ ਸਮਾਜਿਕ ਕਰਨ ਤੇ ਜੋ ਜਸਮਾਜ ਦਾ ਸਭਿਆਚਾਰ ਹੋਵੇਗਾ ਉਹੋ ਜਿਹਾ ਜਿਹੜਾ ਸਮਾਜਿਕ ਕਰਨ ਬੱਚੇ ਦਾ ਹੋਵੇਗਾ ਸੋ ਕਾਸਟ ਦਾ ਪ੍ਰਭਾਵ ਪੈਂਦਾ ਹੈ ਨੈਸ਼ਨੈਲਿਟੀ ਦਾ ਪ੍ਰਭਾਵ ਪੈਂਦਾ ਹੈ ਰਾਸ਼ਟਰ ਦਾ ਪ੍ਰਭਾਵ ਪੈਂਦਾ ਹੈ ਜਿਸ ਰਾਸ਼ਟਰ ਦੇ ਵਿੱਚ ਰਹ ਰਹੇ ਆ ਇਕਨੋਮੀ ਦਾ ਆਰਥਿਕਤਾ ਦਾ ਵੀ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ ਠੀਕ ਹੈ ਤੇ ਲੈਂਗੁਏਜ ਭਾਸ਼ਾ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਜਿਹੜਾ ਬੱਚੇ ਉੱਪਰ ਪੈਂਦਾ ਹੈ ਜੈਂਡਰ ਦਾ ਪ੍ਰਭਾਵ ਪੈਂਦਾ ਜੀ ਕਲਚਰ ਦਾ ਕਾਸਟ ਦਾ ਨੈਸ਼ਨੈਲਿਟੀ ਦਾ ਇਕਨੋਮੀ ਦਾ ਤੇ ਲੈਂਗੁਏਜ ਦਾ ਭਾਸ਼ਾ ਦਾ ਨੈਕਸਟ ਆ ਗਿਆ ਜੀ ਰਿਵਰਸ ਬੈਕਵਰਡ ਸੋਸ਼ੀਅਲਾਈਜੇਸ਼ਨ ਕੀ ਹੁੰਦੀ ਹੈ ਰਿਵਰਸ ਬੈਕਵਰਡ ਸੋਸ਼ੀਅਲਾਈਜੇਸ਼ਨ ਬਹੁਤ ਹੀ ਇੰਪੋਰਟੈਂਟ ਹੈ ਇਹ ਕੁਐਸਚਨ ਪੀਐਸ ਟੈਟ ਦੇ ਵਿੱਚ ਜਿਹੜਾ ਪੁੱਛ ਲਿਆ ਜਾਂਦਾ ਹੈ ਇਹ ਕੀ ਹੈ ਜੀ ਇਸ ਪ੍ਰਕਿਰਿਆ ਵਿੱਚ ਬੱਚਾ ਆਪਣੇ ਮਾਪਿਆਂ ਨੂੰ ਟੀਚ ਕਰਦਾ ਹੈ ਮਾਪੇ ਨੇ ਬੱਚੇ ਨੂੰ ਟੀਚ ਕਰਗੇ ਜਦਕਿ ਬੱਚਾ ਜਿਹੜਾ ਉਹ ਮਾਪਿਆਂ ਨੂੰ ਟੀਚ ਕਰਦਾ ਹੈ ਐਗਜ਼ਾਮਪਲ ਲੈ ਲਓ ਐਗਜ਼ਾਮਪਲ ਤੇ ਤੁਹਾਨੂੰ ਸਮਝ ਆ ਜਾਈ ਨੀ ਅੱਜ ਦੇ ਬੱਚੇ ਜਿਹੜੇ ਬਹੁਤ ਆ ਜਿਹੜੇ ਐਕਟਿਵ ਨੇ ਠੀਕ ਹੈ ਹਾਰੇ ਗੱਲ ਨੂੰ ਈਜ਼ੀਲੀ ਸਿੱਖ ਜਾਂਦੇ ਹਨ ਮਾਪੇ ਆ ਜੋ ਉਹ ਜਿਹੜੇ ਪੁਰਾਣੇ ਖਿਆਲ ਆਤਾਂ ਦੇ ਨੇ ਪੁਰਾਣੇ ਸਮੇਂ ਦੇ ਨੇ ਹਨ ਤੇ ਹੁਣ ਇਹ ਬੱਚਾ ਮਾਪਿਆਂ ਨੂੰ ਜਿਹੜੇ ਬਹੁਤ ਸਾਰੇ ਜਿਹੜੇ ਸਕਿੱਲਸ ਆ ਉਹ ਸਿਖਾ ਦਿੰਦੇ ਹਨ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਕਿ ਇਸ ਚੀਜ਼ ਨੂੰ ਕਿਵੇਂ ਚਲਾਉਣਾ ਪਰ ਬੱਚਿਆਂ ਨੂੰ ਪਤਾ ਹੁੰਦਾ ਤੇ ਬੱਚੇ ਜਿਹੜੇ ਆਪਣੇ ਮਾਪਿਆਂ ਨੂੰ ਜਿਹੜਾ ਟੀਚ ਹੈ ਉਹ ਕਰ ਦਿੰਦੇ ਆ ਇਸੇ ਚੀਜ਼ ਦੀ ਇੱਥੇ ਗੱਲ ਹੋ ਰਹੀ ਹੈ ਜੀ ਰਿਵਰਸ ਬੈਕਵਰਡ ਸੋਸ਼ੀਅਲਾਈਜੇਸ਼ਨ ਸੋ ਇਸ ਸੀ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰਿਵਰਸ ਹੁੰਦਾ ਹੈ ਬੈਕਵਰਡ ਸੋਸ਼ੀਅਲਾਈਜੇਸ਼ਨ ਇਹਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਫਾਰਮੂਲਾ ਜੀ ਯਾਦ ਰੱਖਣ ਦਾ ਪ੍ਰਾਇਮਰੀ ਹੈ ਜਿਵੇਂ ਇੱਥੇ ਤੁਸੀਂ ਪੀ ਤੋਂ ਜਿਹੜਾ ਪਰਿਵਾਰ ਉਹ ਸਮਝ ਸਕਦੇ ਹੋ ਉਹਦੇ ਵਿੱਚ ਪਰਿਵਾਰ ਤੇ ਕਾਹ ਰਾਜੇਗਾ ਸਕੈਂਡਰੀ ਦੇ ਵਿੱਚ ਐਸ ਤੋਂ ਜਿਵੇਂ ਸਕੂਲ ਲਗਾ ਲਿਆ ਤੁਸੀਂ ਸਕੂਲ ਆ ਗਿਆ ਆਲਾਦਵਾਲ ਆ ਗਿਆ ਗੁਆਂਡ ਆ ਗਿਆ ਦਾ ਇਹ ਜਿਹੜਾ ਸਕੂਲਰੀ ਦੇ ਵਿੱਚ ਸ਼ਾਮਲ ਹੁੰਦੀਆਂ ਦੇ ਪੀ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਪਰਿਵਾਰ ਤੇ ਘਰ ਘਰ ਜਿਹੜੇ ਇਹਦੇ ਵਿੱਚ ਪ੍ਰਾਇਮਰੀ ਦੇ ਵਿੱਚ ਸ਼ਾਮਲ ਨੇ ਇਸ ਜਿਹੜੀ ਸੋਸ਼ੀਅਲਾਈਜੇਸ਼ਨ ਇੰਪੋਰਟੈਂਟ ਈ ਸੀ ਜਿੰਨੀਆਂ ਵੀ ਗੱਲਾਂ ਸੀਗੀਆਂ ਨੈਕਸਟ ਆ ਜਾਂਦੀ ਹੈ ਜੀ ਥਿਊਰੀ ਠੀਕ ਹੈ ਸੋਸ਼ੀਅਲਾਈਜੇਸ਼ਨ ਦੀ ਥਿਊਰੀ ਦਿੱਤੀ ਹੈ ਜੀ ਇਹਨੂੰ ਜਿਹੜੀ ਆ ਬ੍ਰਾਊਨਫਿਨ ਬ੍ਰੇਨਰ ਨੇ ਜਿਹੜੀ ਇਹ ਥਿਊਰੀ ਦਿੱਤੀ ਨੇ ਬਰੌਨਫਿਨ ਬਰੇਨਰ ਨੇ ਇਹ ਮਨੁੱਖੀ ਸਮਾਜਿਕ ਦੀ ਥਿਉਰੀ 1979 ਦੇ ਵਿੱਚ ਦਿੱਤੀ ਸੀਗੀ ਠੀਕ ਹੈ ਬਰੌਨਫਿਨ ਬਰੇਨਰ ਨੇ ਇਹ ਵੀ ਜਿਹੜਾ ਕੁਐਸਚਨ ਹੈ ਉਹ ਪੁੱਛ ਲਿਆ ਜਾਂਦਾ ਉਹਨੇ ਇਕੋਲੋਜੀਕਲ ਸਿਸਟਮ ਜਿਹੜੀ ਥਿਉਰੀ ਆ ਉਹ ਦਿੱਤੀ ਸੀਗੀ ਬਰੌਨਫਿਨ ਬਰੇਨਰ ਨੇ ਇਸ ਥਿਉਰੀ ਅਨੁਸਾਰ ਬੱਚੇ ਉੱਪਰ ਉਹਦਾ ਕੀ ਕਹਿਣਾ ਸੀਗਾ ਥਿੰਕਰ ਦਾ ਉਹ ਕਹਿੰਦਾ ਕਿ ਇਸ ਥਿਉਰੀ ਅਨੁਸਾਰ ਬੱਚੇ ਉੱਪਰ ਸਿਰਫ ਹੈਰਡਿਟੀ ਦਾ ਹੀ ਪ੍ਰਭਾਵ ਨਹੀਂ ਪੈਂਦਾ ਗੇਨਸ ਥਿਉਰੀ ਉਪਰ ਸਿਰਫ ਹੈਰਡਿਟੀ ਦਾ ਪ੍ਰਭਾਵ ਨਹੀਂ ਪੈਂਦਾ এনवायरमेंट ਦਾ ਜਾਂ ਇਕੋਲੋਜੀਕਲ ਸਿਸਟਮ ਦਾ ਵੀ ਪ੍ਰਭਾਵ ਪੈਂਦਾ এনवायरमेंट ਦਾ ਵੀ ਪ੍ਰਭਾਵ ਪੈਂਦਾ ਹੈਰਡਿਟੀ ਦੇ ਨਾਲ ਤੇ ਇਕੋਲੋਜੀ ਜਿਹੜਾ ਸਿਸਟਮ ਦਾ ਵੀ ਜਿਹੜਾ ਪ੍ਰਭਾਵ ਹੈ ਉਹ ਵੀ ਪੈਂਦਾ ਹੈ ਠੀਕ ਹੈ ਬ੍ਰਾਊਨਫਿਨ ਬ੍ਰੇਨਰ ਨੇ ਦਿੱਤੀ ਸੀ ਇਹ ਥਿਉਰੀ ਮਨੁੱਖੀ ਸਮਾਜਿਕ ਦੀ ਥਿਉਰੀ 1979 ਵਿੱਚ ਦਿੱਤੀ ਸੀ ਇਸ ਥਿਉਰੀ ਅਨੁਸਾਰ ਬੱਚੇ ਉੱਪਰ ਇਸ ਥਿਉਰੀ ਅਨੁਸਾਰ ਬੱਚੇ ਉੱਪਰ ਸਿਰਫ ਹੈਰਡਿਟੀ ਦਾ ਹੀ ਪ੍ਰਭਾਵ ਨਹੀਂ ਪੈਂਦਾ एनवायरनमेंट ਦਾ ਵੀ ਪ੍ਰਭਾਵ ਪੈਂਦਾ ਇਕੋਲੋਜੀ ਜਿਹੜਾ ਸਿਸਟਮ ਦਾ ਵੀ ਜਿਹੜਾ ਪ੍ਰਭਾਵ ਹੈਰਡਿਟੀ ਦਾ ਵੀ ਪ੍ਰਭਾਵ ਨਹੀਂ ਪੈਂਦਾ এনवायरमेंट ਦਾ ਜਾਂ ਇਕੋਲੋਜੀ ਸਿਸਟਮ ਦਾ ਵੀ ਜਿਹੜਾ ਇਹਦੇ ਉੱਪਰ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ ਬੱਚੇ ਦੇ ਵਿਕਾਸ ਉੱਪਰ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ ਜਿਸ ਨੇ ਉਸਨੇ ਅਲੱਗ-ਅਲੱਗ ਪਦਰਾ ਵਿੱਚ ਵੰਡਿਆ ਤੇ ਦੱਸਿਆ ਕਿ ਬੱਚੇ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ਸੋ ਉਹਦਾ ਕਹਿਣਾ ਹੈ ਕਿ এনवायरमेंट ਦਾ ਪ੍ਰਭਾਵ ਪੈਂਦਾ ਹੁਣ ਕਿੱਥੇ ਕਿੱਥੇ ਦੇ ਕਦੋਂ ਜਿਹੜਾ ਪ੍ਰਭਾਵ ਪੈਂਦਾ ਹੈ ਅਲੱਗ-ਅਲੱਗ ਪੱਦਰਾਂ ਦੇ ਵਿੱਚ ਉਹ ਉਸਨੇ ਬੱਚੇ ਵੰਡਿਆ ਜੀ ਬੱਚੇ ਦੇ ਵਿਕਾਸ ਨੂੰ ਸੋ ਉਸ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਫਰਸਟ ਹੈ ਜੀ ਮਾਈਕਰੋ ਸਿਸਟਮ ਹੈ ਮਾਈਕਰੋ ਦੇ ਵਿੱਚ ਕਿਹੜਾ ਮਾਈਕਰੋ ਸਿਸਟਮ ਹੈ ਸਿੱਧਾ ਪ੍ਰਭਾਵ ਪੈਂਦਾ ਇੱਥੇ ਬੱਚੇ ਦੇ ਵਿਕਾਸ ਤੇ ਇਸ ਪਰਿਵਾਰ ਵਿੱਚ ਬੱਚਾ ਜਿਹੜਾ ਹੈ ਆਪਣੇ ਪਰਿਵਾਰ ਦੇ ਨਾਲ ਦੋਸਤਾਂ ਦੇ ਨਾਲ ਜਿਹੜਾ ਜਲਦੀ ਸੰਬੰਧ ਬਣਾ ਲੈਂਦਾ ਹੈ ਠੀਕ ਹੈ ਤੇ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਬੱਚੇ ਉੱਪਰ ਪੈਂਦਾ ਹੈ ਠੀਕ ਹੈ ਮਾਈਕਰੋ ਸਿਸਟਮ ਹੈ ਮਾਈਕਰੋ ਸਿਸਟਮ ਦੇ ਵਿੱਚ ਜਿਹੜਾ ਬੱਚਾ ਹੈ ਉਹ ਜਲਦੀ ਜਿਹੜਾ ਪਰਿਵਾਰ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜਾ ਸਬੰਧ ਹੈ ਉਹ ਬਣਾ ਲੈਂਦਾ ਉਹਨਾਂ ਨਾਲ ਜਿਹੜਾ ਮਿਲਵਰਤਨ ਕਰਨ ਲੱਗ ਜਾਂਦਾ ਹੈ ਇਸ ਪੱਧਰ ਵਿੱਚ ਬੱਚਾ ਜਲਦੀ ਸਬੰਧ ਬਣਾ ਲੈਂਦਾ ਪਰਿਵਾਰ ਦੋਸਤਾਂ ਨਾਲ ਨੈਕਸਟ ਆ ਗਿਆ ਜੀ ਮੈਕ੍ਰੋ ਸਿਸਟਮ ਹੈ ਸਬੰਧ ਦੀ ਇੱਥੇ ਗੱਲ ਹੋ ਰਹੀ ਹੈ ਇਸ ਵਜੇ ਬੱਚਾ ਸਿੱਧਾ ਜਿਹੜਾ ਇਨਵੋਲਵ ਨਹੀਂ ਹੁੰਦਾਗਾ ਠੀਕ ਹੈ ਸਿੱਧਾ ਜਿਹੜਾ ਪ੍ਰਭਾਵ ਨਹੀਂ ਪੈਂਦਾ ਬੱਚੇ ਤੇ ਬੱਚੇ ਬਾਰੇ ਸਿਰਫ ਇਥੇ ਜਿਹੜੀ ਗੱਲ ਕੀਤੀ ਜਾਂਦੀ ਹੈ ਜੇਕਰ ਆਪਾਂ ਇੱਕ ਐਗਜ਼ਾਮਪਲ ਲਈਏ ਤਾਂ ਜਦੋਂ ਪੇਰੈਂਟਸ ਬੱਚੇ ਦੇ ਟੀਚਰ ਦੇ ਨਾਲ ਗੱਲਬਾਤ ਕਰਦੇ ਨੇ ਬਟ ਗੱਲ ਤਾਂ ਬੱਚੇ ਦੀ ਹੋ ਰਹੀ ਹੈ ਨਾ ਬਟ ਗੱਲ ਕੌਣ ਕਰ ਰਿਹਾ ਟੀਚਰ ਤੇ ਪੇਰੈਂਟਸ ਕਰ ਰਹੇ ਆ ਬੱਚਾ ਉੱਥੇ ਨਹੀਂ ਹੈਗਾ ਬਟ ਗੱਲ ਬੱਚੇ ਬਾਰੇ ਹੋ ਰਹੀ ਹੈ ਤਾਂ ਉਹ ਸਿਸਟਮ ਨੂੰ ਜਿਹੜਾ ਹੈ ਮੈਸੋ ਸਿਸਟਮ ਕਿਹਾ ਜਾਂਦਾ ਹੈ ਪੇਰੈਂਟਸ ਤੇ ਬੱਚੇ ਦੇ ਦੋਸਤਾਂ ਦੇ ਵਿੱਚਲੀ ਗੱਲਬਾਤ ਪਰਿਵਾਰ ਦੇ ਮੈਂਬਰਾਂ ਤੇ ਉਹਦੇ ਦੋਸਤਾਂ ਦੇ ਵਿੱਚ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਠੀਕ ਹੈ ਬਟ ਬੱਚਾ ਉੱਥੇ ਨਹੀਂ ਹੈਗਾ ਬਟ ਗੱਲ ਤਾਂ ਜਿਹੜੀ ਹੈ ਉਹ ਬੱਚੇ ਦੇ ਬਾਰੇ ਦੇ ਵਿੱਚ ਹੋ ਰਹੀ ਹੈ ਤਾਂ ਇਸ ਸਿਸਟਮ ਨੂੰ ਕੀ ਕਹਿੰਦੇ ਆ ਮੈਕੋ ਸਿਸਟਮ ਸੋ ਇਸ ਸੀ ਨੂੰ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਤੇ ਮਾਈਕਰੋ ਸਿਸਟਮ ਦੇ ਵਿੱਚ ਜਿੱਥੇ ਜਿਹੜਾ ਬੱਚਾ ਹੈ ਜਲਦੀ ਉਹ ਜਿਹੜਾ ਸਬੰਧ ਆ ਬਣਾ ਲੈਂਦਾ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਦੋਸਤਾਂ ਦੇ ਨਾਲ ਸੋ ਇਸ ਚੀਜ਼ ਨੂੰ ਇਸ ਚੀਜ਼ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ ਹੈ ਇੱਥੇ ਬੜਪੜਾ ਵਾਪਰਵਾਅ ਪ੍ਰਭਾਵ ਤਾਂ ਜਿਹੜਾ ਬੱਚੇ ਦੇ ਉੱਪਰ ਹੀ ਪਵੇਗਾ ਨਾ ਜੇਕਰ ਟੀਚਰ ਤੇ ਪੇਰੈਂਟਸ ਆਪਸ ਦੇ ਵਿੱਚ ਗੱਲ ਕਰਦੇ ਆ ਜਾਂ ਪੇਰੈਂਟਸ ਤੇ ਬੱਚੇ ਜਿਹੜਾ ਗੱਲ ਕਰ ਰਹੇ ਨੇ ਨੈਕਸਟ ਆ ਗਿਆ ਜੀ ਇਕੋਸਿਸਟਮ ਹੈ ਬਾਹਰੀ ਇਨਡਾਇਰੈਕਟ ਇਨ ਇਨਫਲੂਐਂਸ ਪੈਂਦਾ ਜੀ ਪਰਿਵਾਰ ਦੇ ਮੈਂਬਰਾਂ ਦੇ ਕੰਮਾਂ ਦਾ ਪ੍ਰਭਾਵ ਵੀ ਬੱਚੇ ਉੱਪਰ ਪੈਂਦਾ ਹੈ ਆਲੇ ਦੁਆਲੇ ਦੇ ਵਾਤਾਵਰਣ ਦਾ ਪ੍ਰਭਾਵ ਵੀ ਪੈਂਦਾ ਹੈ ਦਾ ਬਾਦਲੇ ਦਾ ਪ੍ਰਭਾਵ ਪੈਂਦਾ ਹੈ ਸਕੂਲ ਬੋਰਡਸ ਦਾ ਪ੍ਰਭਾਵ ਵੀ ਪੈਂਦਾ ਹੈ ਪ੍ਰੈਸ ਦਾ ਪ੍ਰਭਾਵ ਪੈਂਦਾ ਹੈ ਪੇਰੈਂਟਸ ਦੇ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹਨ ਉਸ ਦਾ ਪ੍ਰਭਾਵ ਵੀ ਇੱਕ ਬੱਚੇ ਉੱਪਰ ਪੈਂਦਾ ਹੈ ਸੋ ਇਕੋਸਿਸਟਮ ਦਾ ਵੀ ਜਿਹੜਾ ਪ੍ਰਭਾਵ ਹੈ ਉਹ ਬੱਚੇ ਉੱਪਰ ਪੈਂਦਾ ਹੈ ਇਨਡਾਇਰੈਕਟ ਇਨਫਲੂਐਂਸ ਪੈਂਦਾ ਹੈ ਪਰਿਵਾਰ ਦੇ ਮੈਂਬਰਾਂ ਦੇ ਕੰਮ ਕਰ ਕਹੋ ਜੇ ਨੇ ਆਲਾ ਦਵਾਲਾ ਕਹੋ ਜਾਏ ਜਿੱਥੇ ਉਹ ਰਹਿ ਰਹੇ ਨੇ ਜਾਂ ਕੋਈ ਬਦਲੀ ਵਗੈਰਾ ਹੋ ਰਹੀ ਹੋ ਸਿੱਧਾ ਪ੍ਰਭਾਵ ਵੀ ਪਵੇਗਾ ਸਕੂਲ ਬੋਰਡ ਕਿਹੜਾ ਹੈ ਪੀਐਸਸੀਬੀ ਹੈ ਜਾਂ ਸੀਬੀਐਸਸੀ ਹੈ ਜਾਂ ਆਈਸੀਐਸਸੀ ਹੈ ਸੋ ਜਿਹੜਾ ਵੀ ਬੋਰਡ ਹੈ ਉਸ ਦਾ ਵੀ ਜਿਹੜਾ ਪ੍ਰਭਾਵ ਹੈ ਬੱਚੇ ਉੱਪਰ ਪੈਂਦਾ ਹੈ ਸੋ ਪ੍ਰੈਸ ਦਾ ਪ੍ਰਭਾਵ ਪਵੇਗਾ ਪੇਰੈਂਟਸ ਦੇ ਆਪਸੀ ਰਿਲੇਸ਼ਨ ਦਾ ਹੋ ਜੇ ਨੇ ਆਪਸੀ ਸੰਬੰਧ ਦਾ ਹੋ ਜੇ ਨੇ ਉਸ ਚੀਜ਼ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਬੱਚੇ ਉੱਪਰ ਪੈਂਦਾ ਹੈ ਨੈਕਸਟ ਆ ਗਿਆ ਜੀ ਮੈਕਰੋ ਸਿਸਟਮ ਦਾ ਪ੍ਰਭਾਵ ਪੈਂਦਾ ਸਭਿਆਚਾਰ ਦਾ ਪ੍ਰਭਾਵ ਪੈਂਦਾ ਬਿਲਕੁਲ ਪਵੇਗਾ ਇਸ ਸੱਭਿਆਚਾਰ ਦਾ ਪ੍ਰਭਾਵ ਵੀ ਬੱਚੇ ਉੱਪਰ ਪੈਂਦਾ ਹੈ ਜਿਸ ਸੱਭਿਆਚਾਰ ਵਿੱਚ ਉਹ ਰਹੇਗਾ ਉੱਥੋਂ ਦਾ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ ਰੀਤੀ ਰਿਵਾਜਾਂ ਪਰੰਪਰਾਵਾਂ ਦਾ ਪ੍ਰਭਾਵ ਸੱਭਿਆਚਾਰਕ ਜਿਹੜੀ ਪਹਿਚਾਣ ਹੈ ਉਹ ਬਣਦੀ ਹੈ ਜਿਹੋ ਜਿਹਾ ਮਾਹੌਲ ਹੋਵੇਗਾ ਸੱਭਿਆਚਾਰ ਹੋਵੇਗਾ ਉਹੋ ਜਿਹਾ ਜਿਹੜਾ ਬੱਚਾ ਹੈ ਉਹ ਬਣ ਜਾਵੇਗਾ ਨੈਕਸਟ ਆ ਗਿਆ ਜੀ ਕਰੋਨੋ ਸਿਸਟਮ ਕਰੋਨੋ ਸਿਸਟਮ ਦੇ ਵਿੱਚ ਕੀ ਹੈ ਚੇਂਜ ਹੁੰਦਾ ਹੈ ਜੀ ਬੱਚੇ ਦੇ ਵਿਕਾਸ ਤੇ ਜਾਂ ਬੱਚੇ ਦੀ ਲਾਈਫ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ ਇਸ ਵੇਜੇ ਕਪਰਸਨ ਦੀ ਲਾਈਫ ਵਿੱਚ ਜਦੋਂ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਚੀਜ਼ ਨੂੰ ਜਿਹੜਾ ਕਰੋਨੋ ਸਿਸਟਮ ਕਿਹਾ ਜਾਂਦਾ ਹੈ ਥਰੂ ਲਾਈਫ ਚੇਂजेस ਲਾਈਫ ਦੇ ਵਿੱਚ ਜਦੋਂ ਚੇਂजेस ਆਉਂਦੇ ਨੇ ਜਿਵੇਂ ਕਿ ਐਗਜ਼ਾਮਪਲ ਹੈ ਜੇਕਰ ਤਲਾਕ ਵਗੈਰਾ ਹੋ ਜਾਂਦਾ ਤਾਂ ਉਸ ਪਰਸਨ ਦੀ ਇੱਕ ਜਿਹੜੀ ਪੂਰੀ ਲਾਈਫ ਹੈ ਜਿਹੜੀ ਉਹ ਜਿਹੜੀ ਬਦਲ ਜਾਂਦੀ ਹੈ ਸੋ ਇਹ ਲਗ ਲਗ ਵਿਕਾਸ ਦੇ ਨਾਲ ਸੰਬੰਧਤ ਜਿਹੜੇ ਆ ਪੱਦਰ ਦੱਸੇ ਨੇ ਜਿਹੜੀ ਕੀ ਉਹਨੇ ਆਪਣੀ ਜਿਹੜੀ ਥਿਉਰੀ ਦਿੱਤੀ ਐ ਬ੍ਰਾਊਨਫਿਨ ਬ੍ਰੇਨਰ ਨੇ ਥਿਉਰੀ ਦਿੱਤੀ ਐ ਮਨੁੱਖੀ ਸਮਾਜਿਕ ਦੀ ਥਿਉਰੀ ਦਿੱਤੀ ਐ ਠੀਕ ਐ ਇਕੋਲੋਜੀਕ ਸਿਸਟਮ ਜਿਹੜੀ ਥਿਉਰੀ ਦਿੱਤੀ ਐ ਸਮਾਜਿਕ ਥਿਉਰੀ ਦਿੱਤੀ ਐ 1979 ਦੇ ਵਿੱਚ ਬ੍ਰਾਊਨਫਿਨ ਬ੍ਰੇਨਰ ਨੇ ਇਹਦੇ ਵਿੱਚ ਵਿਕਾਸ ਦੇ ਅਲੱਗ-ਅਲੱਗ ਜਿਹੜੇ ਪੱਧਰ ਦੱਸਿਆ ਕਿ ਕਿਹੜਾ-ਕਿਹੜਾ ਜਿਹੜਾ ਸਿਸਟਮ ਐ ਜਿੰਦੇ ਵਿੱਚ ਉਹ ਜਿਹੜਾ ਬੱਚਾ ਐ ਉਹ ਲੰਘਦਾ ਐ ਠੀਕ ਐ ਫਰਸਟ ਐ ਜੀ ਮਾਈਕਰੋਸਿਸਟਮ ਜਿੱਥੇ ਕੀ ਉਹ ਸਿੱਧੇ ਸਬੰਧ ਬਣਾ ਲੈਂਦਾ ਐ ਚੀਜ਼ਾਂ ਉਹੀ ਨੇ ਗੱਲਾਂ ਬਾਤ ਉਹੀ ਨੇ ਬਟ ਉਹਨਾਂ ਦੇ ਜਿਹੜੇ ਨਾਮ ਨੇ ਉਹ ਯਾਦ ਰੱਖਣੇ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਸੋ ਮਾਈਕਰੋ ਸਿਸਟਮ ਠੀਕ ਹੈ ਜਿੱਥੇ ਸਿੱਧਾ ਸਬੰਧ ਪਰਿਵਾਰ ਦੇ ਨਾਲ ਬਣਾ ਲੈਂਦਾ ਪਰਿਵਾਰਾਂ ਦੋਸਤਾਂ ਦਾ ਜਿਹੜਾ ਪ੍ਰਭਾਵ ਹੈ ਉਹ ਬੱਚੇ ਉੱਪਰ ਪੈਂਦਾ ਹੈ ਮੈਕ੍ਰੋ ਸਿਸਟਮ ਦੇ ਵਿੱਚ ਜਿਹੜਾ ਬੱਚਾ ਸਿੱਧਾ ਜਿਹੜਾ ਇਨਵੋਲਵ ਨਹੀਂ ਹੁੰਦਾ ਟੀਚਰ ਪੇਰੈਂਟਸ ਹੋਣਗੇ ਇਨਵੋਲਵ ਜਾਂ ਪੇਰੈਂਟਸ ਤੇ ਉਹਦੇ ਜਿਹੜੇ ਦੋਸਤ ਬੱਚੇ ਦੇ ਉਹ ਇਨਵੋਲਵ ਹੋਣਗੇ ਨੈਕਸਟ ਹੈ ਜੀ ਇਕੋਸਿਸਟਮ ਦੇ ਵਿੱਚ ਬਾਰੀ ਪ੍ਰਵਾਹ ਪੈਂਦਾ ਜਿਵੇਂ ਪਰਿਵਾਰ ਦੇ ਮੈਂਬਰਾਂ ਦਾ ਇਕੋਸਿਸਟਮ ਆਪਾਂ ਇਹਨੂੰ ਕਹਿੰਦੇ ਆ ਜਿਵੇਂ ਪਰਿਵਾਰ ਦੇ ਮੈਂਬਰਾਂ ਦੇ ਕੰਮਾਂ ਦਾ ਪ੍ਰਭਾਵ ਵਾਲੇ ਦੁਆਲੇ ਦਾ ਸਕੂਲ ਦਾ ਟਰਾਂਸਫਰ ਹੋ ਜਾਂਦਾ ਉਹਦਾ ਬੋਰਡਸ ਦਾ ਸਭ ਦਾ ਪ੍ਰਵਾਹ ਪੈਂਦਾ ਮੈਕਰੋਸਿਸਟਮ ਦੇ ਵਿੱਚ ਜਿਹੜਾ ਸੱਭਿਆਚਾਰ ਦਾ ਪ੍ਰਵਾਹ ਪੈਂਦਾ ਮੈਕਰੋ ਦੇ ਵਿੱਚ ਮਾਈਕਰੋ ਦੇ ਵਿੱਚ ਜਿਹੜਾ ਪਰਿਵਾਰ ਦਾ ਤੇ ਸਕੂਲ ਦਾ ਪ੍ਰਵਾਹ ਪੈਂਦਾ ਜਦਕਿ ਮੈਕਰੋ ਦੇ ਵਿੱਚ ਸੱਭਿਆਚਾਰ ਦਾ ਪ੍ਰਭਾਵ ਪੈਂਦਾ ਠੀਕ ਹੈ ਆਈ ਵਾਲੇ ਨਾਲ ਪਰਿਵਾਰ ਦਾ ਤੇ ਘਰ ਦਾ ਪ੍ਰਭਾਵ ਪੈਂਦਾ ਠੀਕ ਹੈ ਮੈਕਰੋ ਦੇ ਵਿੱਚ ਜਿਹੜਾ ਹੈ ਉਹ ਸੱਭਿਆਚਾਰ ਦਾ ਪ੍ਰਭਾਵ ਪੈਂਦਾ ਤੇ ਕਰੋਨੋ ਸਿਸਟਮ ਦੇ ਵਿੱਚ ਜਦੋਂ ਲਾਈਫ ਦੇ ਵਿੱਚ ਜਿਹੜਾ ਕੋਈ ਵੀ ਜਿਹੜੇ ਵੱਡੀ ਜਿਹੜੀ ਤਬਦੀਲੀ ਆ ਜਾਂਦੀ ਹੈ ਉਸ ਚੀਜ਼ ਦਾ ਪ੍ਰਭਾਵ ਹੀ ਇੱਕ ਬੱਚੇ ਉੱਪਰ ਪੈਂਦਾ ਜਾਂ ਕਿਸੇ ਨੂੰ ਉੱਪਰ ਪੈਂਦਾ ਸੋ ਇਹ ਪੰਜ ਚੀਜ਼ਾਂ ਨੇ ਤੁਹਾਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਕਰੋਨੋ ਸਿਸਟਮ ਇਕੋਸਿਸਟਮ ਮੈਕਰੋ ਸਿਸਟਮ ਮਾਈਕਰੋ ਸਿਸਟਮ ਤੇ ਮੈਸੋ ਸਿਸਟਮ ਸੋ ਇਹਨਾਂ ਦੇ ਬਾਰੇ ਦੇ ਵਿੱਚ ਤੁਹਾਨੂੰ ਜਿਹੜਾ ਪਤਾ ਉਹ ਹੁਣ ਚਾਹੀਦਾ ਸੋ ਇੱਕ ਜਿਹੜੀ ਡਾਇਗਰਾਮ ਹੈ ਉਹ ਵੀ ਬਣਾਈ ਹੋਈ ਹੈ ਚਾਈਲਡ ਤੇ ਜਿਹੜਾ ਮਾਈਕਰੋ ਸਿਸਟਮ ਦਾ ਪ੍ਰਭਾਵ ਹੈ ਜਿੰਦੇ ਵਿੱਚ ਫੈਮਿਲੀ ਤੇ ਪੀਅਰਸ ਨੇ ਫਿਰ ਮੈਸੋ ਸਿਸਟਮ ਹੈ ਜਿੰਦੇ ਵਿੱਚ ਸਿੱਧਾ ਬੱਚਾ ਇਨਵੋਲਵ ਨਹੀਂ ਹੁੰਦਾ ਇਹ ਐਕਸੋ ਸਿਸਟਮ ਜਿਸ ਦੇ ਵਿੱਚ ਸਕੂਲ ਬੋਰਡਸ ਮਾਸ ਮੀਡੀਆ ਆਂਡ ਗਵਰਨ ਦਾ ਬਾਰੀ ਜਿਹੜਾ ਪ੍ਰਭਾਵ ਪੈਂਦਾ ਹੈ ਮੈਕਰੋ ਦੇ ਵਿੱਚ ਜਿਹੜਾ ਕਲਚਰ ਵੈਲਿਊ ਆਇਡੈਂਟੀ ਦਾ ਜਿਹੜਾ ਪ੍ਰਭਾਵ ਪੈਂਦਾ ਹੈ ਤਾਂ ਕਰੋਨੋ ਸਿਸਟਮ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਵੀ ਜਿਹੜੀ ਤਬਦੀਲੀ ਹੈ ਉਹ ਆਉਂਦੀ ਹੈ ਉਹਦੇ ਨਾਲ ਸੰਬੰਧਿਤ ਹੈ ਬਾਇਓਲੋਜੀਕਲ ਚਾਈਲਡ ਦੇ ਵਿੱਚ ਜਿਹੜੀ ਕਲਚਰ ਜਿਹੜੀ ਆਇਡੈਂਟੀ ਬੱਚੇ ਦੀ ਬਣਦੀ ਹੈ ਤਾਂ ਉਹਨੂੰ ਹੀ ਆਪਾਂ ਜਿਹੜਾ ਸਮਾਜੀਕਰਨ ਹੈ ਉਹ ਕਹਿ ਦਿੰਦੇ ਹਾਂ ਸੋ ਇਹ ਸੀਗੇ ਜੀ ਤੁਹਾਡੇ ਜਿਹੜੇ ਕੰਪਲੀਟ ਸੋਸ਼ੀਅਲਾਈਜੇਸ਼ਨ ਤੇ ਸਮਾਜੀਕਰਨ ਦੇ ਨਾਲ ਸਬੰਧਤ ਨੋਟਸ ਸੋ ਇਹ ਕੰਪਲੀਟ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਆਵੇਗਾ ਜੇਕਰ ਕੋਈ ਵੀ ਹੋਰ ਟੌਪਿਕ ਹੋਏ ਜਾਂ ਹੋਰ ਇੰਪੋਰਟੈਂਟ ਗੱਲਾਂ ਆਈਆਂ ਤਾਂ ਉਹਦੇ ਲਈ ਵੀ ਮੈਂ ਅਲੱਗ ਤੋਂ ਜ਼ਰੂਰ ਇੱਕ ਵੀਡੀਓ ਬਣਾ ਦਾਂਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ on thanks for watching